युवा संगम ਦੇ ਦੂਜੇ ਗੇੜ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਦੀ ਆਨਲਾਈਨ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਯੁਵਾ ਸੰਗਮ ਵਿੱਚ ਦੇਸ਼ ਦੇ 23 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1000 ਨੌਜਵਾਨਾਂ ਵੱਲੋਂ ਪਾਕਿਦਾਰੀ ਕੀਤੀ ਜਾਣੀ ਹੈ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਨਾਂ ਪਹਿਲਕਦਮੀਆਂ ਅਧੀਨ 40 ਤੋਂ 50 ਨੌਜਵਾਨਾਂ ਦੇ ਇੱਕ ਸਮੂਹ ਨੂੰ ਐਕਸਪੋਜ਼ਰ ਟੂਰ ਲਈ ਜੋੜੇ ਵਾਲੇ ਰਾਜ ਵਿੱਚ ਭੇਜਿਆ ਜਾਵੇਗਾ ਇਹ ਟੂਰ ਇਸ ਮਹੀਨੇ ਅਤੇ ਅਗਲੇ ਮਹੀਨੇ ਦੌਰਾਨ ਕਰਵਾਏ ਜਾਣਗੇ ਮੰਤਰਾਲਾ ਅਨੁਸਾਰ ਇਹ ਟੂਰ ਨੌਜਵਾਨਾਂ ਨੂੰ ਵੱਖ-ਵੱਖ ਪਹਿਲੂਆਂ ਬਾਰੇ ਬਹੁਪੱਖੀ ਤਜਰਬੇ ਪ੍ਰਦਾਨ ਕਰੇਗਾ